ਅਸਲਾਮੁਅਲੈਕੁਮ ਜੀ, ਆਬਦ ਐਗਰੀਕਲਚਰ ਦੇ ਅੰਦਰ ਦੋਸਤਾਂ ਨੂੰ ਖੁਸ਼ ਆਮਦੀਦ ਕਹਿੰਦੇ ਹਾਂ। ਅਤੇ ਦੋਸਤੋ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਗੰਦਮ ਦਾ ਸੀਜ਼ਨ ਆ ਗਿਆ ਆ, ਔਰ ਹਾਰਵੈਸਟਿੰਗ ਜਿਹੜੀ ਵਾ ਇਹਦੀ ਦੋਸਤੋ ਫੀ ਏਕੜ ਦੀ ਕੀ ਕੀਮਤ ਹੋਏਗੀ ਸਾਲ 2024 ਦੀ, ਅਤੇ ਸਾਡੇ ਨਾਲ ਭਾਈ ਮੌਜੂਦ ਨੇ ਜੀ, ਅੱਜ ਇਹਨਾਂ ਕੋਲੋਂ ਸਾਰੀ ਜਿਹੜੀ ਮਾਲੂਮਾਤ ਲੈਂਦੇ ਹਾਂ ਕਿ ਫੀ ਏਕੜ ਗੰਦਮ ਜਿਹੜੀ ਆ ਉਹ ਐਜ਼ ਦਫਾ ਕਿੰਨੇ ਦੇ 'ਚ ਕੱਟੀ ਜਾਏਗੀ। ਵਾਲੇਕੁਮ ਸਲਾਮ ਜੀ, ਭਾਈ ਜਾਨ ਕੀ ਹਾਲ ਚਾਲ ਆ? ਦੁਆਵਾਂ ਲਾਦਾ, ਸ਼ੁਕਰ ਠੀਕ। ਕੀ ਨਾਮ ਆ ਜੀ ਆਪਣਾ? ਜ਼ਹੀਰ ਅਬਾਸ। ਜ਼ਹੀਰ ਅਬਾਸ ਭਾਈ, ਆਪਣਾ ਇਲਾਕਾ ਕਿਹੜਾ ਜੀ? ਮੀਆਂ ਚੰਨੋ ਜੀ। ਅੱਛਾ ਭਾਈ ਜਾਨ, ਮਾਸ਼ਾਅੱਲਾ ਤੁਹਾਡੇ ਕੋਲੇ ਦੋ ਵੱਡੀਆਂ ਹਾਰਵੈਸਟਰ ਖੜੀ ਹੋਈ ਆ, ਸਾਲ 2024 ਆ ਗਿਆ ਜੀ, ਤੇ ਬਹੁਤ ਸਾਰੇ ਦੋਸਤ ਇਹ ਪੁੱਛਦੇ ਆ ਕਿ 2024 ਦੇ ਵਿੱਚ ਫੀ ਏਕੜ ਜਿਹੜੀ ਕਟਾਈ ਆ ਗੰਦਮ ਦੀ ਉਹ ਕੀ ਚੱਲ ਰਹੀ ਆ? ਇਹ ਜੀ ਤਕਰੀਬਨ ਡੀਜ਼ਲ ਦੇ ਜਿਹੜੇ ਪੋਜੀਸ਼ਨ ਜਾ ਰਹੀ ਆ ਨਾ ਜੀ, ਇਹਦੇ ਮੁਤਾਬਕ ਤਕਰੀਬਨ 25,000 ਦੇ ਚੱਲੇਗਾ ਜੀ। ਅੱਛਾ, 25,000। ਹਾਂਜੀ, ਪਿਛਲੀ ਦਫਾ ਚੱਲਿਆ ਸੀ ਤਕਰੀਬਨ 23-24,000 ਰੁਪਈਆ। ਸਹੀ ਹੋ ਗਿਆ। ਸਪੇਅਰ ਪਾਰਟ ਵੀ ਕਾਫੀ ਮਹਿੰਗਾ ਹੈਗਾ ਨਾ ਇਸ ਚੀਜ਼ ਦਾ। ਸਹੀ ਹੋ ਗਿਆ। ਅੱਛਾ ਭਾਈ ਜਾਨ, ਇਹ ਦੱਸੋ ਕਿ ਮਾਸ਼ਾਅੱਲਾ ਦੋ ਖੜੀਆਂ ਹੋਈਆਂ, ਬੁਕਿੰਗ ਵੀ ਜ਼ਾਹਿਰ ਹੋਆ ਤਾਂ ਕਿ ਤੁਹਾਡੇ ਕੋਲ ਐਡਵਾਂਸ ਆਣੀ ਸ਼ੁਰੂ ਹੋ ਜਾਂਦੀ ਜੀ, ਤੇ ਇਹ ਦੱਸੋ ਕਿ ਤੁਸੀਂ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਬਾ ਆਸਾਨੀ ਜਾਂਦੇ ਹੋ? ਅਸੀਂ ਜੀ ਮਰੋੜ ਵੀ ਜਾਈਦਾ ਵਾ, ਫੋਟਾਬਾਦ ਜਾਈਦਾ ਵਾ, ਪੀਰ ਮਹੱਲ, ਮੰਡੀ ਜਜ਼ਮਾਨ, ਹੈਡ ਰਾਜਗਾ, ਚਕਵਾਲ ਵੀ ਜਾਈਏ, ਚਲ ਜਾਈਦਾ, ਮੀਆਂ ਵਾਲੀ ਚਲ ਜਾਈਦਾ, ਯਾਨੀ ਕਿ ਜਿੱਥੇ ਤੁਹਾਨੂੰ ਕੋਈ ਕਹੇ ਜੀ ਜੀ। ਅੱਛਾ, ਇਹ ਦੱਸੋ ਕਿ ਅਗਰ ਤੁਸੀਂ ਬਿਲਫਰਜ਼ ਇੱਥੋਂ ਜਾਂਦੇ ਹੋ, ਜਿਸ ਤਰ੍ਹਾਂ ਮੀਆਂ ਵਾਲੀ ਹੋ ਗਿਆ, ਇਹ ਕਾਫੀ ਦੂਰ ਪੈ ਜਾਂਦਾ ਜੀ, ਤੇ ਉਹਨਾਂ ਦੇ ਉਸ ਜਗ੍ਹਾ ਦੇ ਉੱਪਰ ਕੀ ਰੇਟ ਲਵੋਗੇ? ਉੱਥੋਂ ਦਾ ਰੇਟ ਮੁਖਤਲਫ ਹੀ ਹੁੰਦਾ ਨਾ ਜੀ, ਕਿ ਤਕਰੀਬਨ ਉੱਥੇ ਵੀ ਇਹੀ ਰੇਟ ਚੱਲੇਗਾ, 25-26,000 ਰੁਪਈਆ। ਸਹੀ ਹੋ ਗਿਆ। ਚਕਵਾਲ ਦਾ ਤੇਰਾ ਰੇਟ ਥੋੜ੍ਹਾ ਜਿਹਾ ਘੱਟ ਹੁੰਦਾ ਵਾ, 2-3,000 ਰੁਪਈਆ। ਠੀਕ ਹੋ ਗਿਆ। ਅੱਛਾ ਜ਼ਹੀਰ ਭਾਈ, ਤੁਸੀਂ ਆਪਣਾ ਨੰਬਰ ਦੱਸੋਗੇ, ਅਗਰ ਕੋਈ ਦੋਸਤ ਜਿਹੜਾ ਵਾ ਉਹ ਤੁਹਾਨੂੰ ਨਾਲ ਰਾਬਤਾ ਕਰਨਾ ਚਾਹੇ, ਕਿਉਂਕਿ ਗੰਦਮ ਆ ਗਈ ਆ, ਹਰ ਕਿਸਾਨ ਦੀ ਕੋਸ਼ਿਸ਼ ਹੋਏਗੀ ਕਿ ਪਹਿਲੇ ਸਾਡਾ ਨੰਬਰ ਲੱਗ ਜਾਵੇ, ਅਤੇ ਤੁਹਾਡੇ ਕੋਲ ਤਾਂ ਪਹਿਲੇ ਵੀ ਕਾਫੀ ਜ਼ਿਆਦਾ ਬੁਕਿੰਗ ਹੋਏਗੀ, ਅਤੇ ਅਗਰ ਕੋਈ ਬੁੱਕ ਕਰਵਾਉਣਾ ਚਾਹੇ ਤਾਂ ਆਪਣਾ ਮੋਬਾਈਲ ਨੰਬਰ ਸ਼ੇਅਰ ਕਰ ਦਿਓ ਜੀ। 03-01-6901-2049। ਇੱਕ ਵਾਰੀ ਜ਼ਰਾ ਅਲਫਾਜ਼ ਦੇ ਕੀ ਦੱਸ? 03-01-690-2049। ਤੇ ਇਹ ਹਰ ਟਾਈਮ ਅਵੇਲੇਬਲ ਆ ਜੀ। ਬਹੁਤ ਸ਼ੁਕਰੀਆ।